ਇਹ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸ ਦਈਏ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤਰਨ ਤਾਰਨ ਦਾ ਇਹ ਖਿਡਾਰੀ ਜਿਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਜੀ ਹਾਂ, ਇਹ ਨੌਜਵਾਨ ਖਿਡਾਰੀ ਸੀ, 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ। ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਉਸਦੀ ਮੌਤ ਉਪਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤ ਜਦੋਂ ਘਰ ਤੋਂ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਘਰ ਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਜਿਰਾਗ ਬੁੱਝ ਜਾਂਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਹੱਟਾ ਕੱਟਾ ਗੱਭਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ, ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ, ਰੋਟੀ ਖਾਣ ਤੋਂ ਬਾਅਦ ਅਚਾਨਕ ਉਸਨੂੰ ਇਹ ਅਟੈਕ ਆਉਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। ਇਹ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸ ਦਈਏ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤਰਨ ਤਾਰਨ ਦਾ ਇਹ ਖਿਡਾਰੀ ਜਿਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਜੀ ਹਾਂ, ਇਹ ਨੌਜਵਾਨ ਖਿਡਾਰੀ ਸੀ, 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ। ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਉਸਦੀ ਮੌਤ ਉਪਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤ ਜਦੋਂ ਘਰ ਤੋਂ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਘਰ ਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਜਿਰਾਗ ਬੁੱਝ ਜਾਂਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਹੱਟਾ ਕੱਟਾ ਗੱਭਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ, ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ, ਰੋਟੀ ਖਾਣ ਤੋਂ ਬਾਅਦ ਅਚਾਨਕ ਉਸਨੂੰ ਇਹ ਅਟੈਕ ਆਉਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। ਇਹ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੱਸ ਦਈਏ ਕਿ ਸੰਗਤਪੁਰਾ ਚੋਲਾ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤਰਨ ਤਾਰਨ ਦਾ ਇਹ ਖਿਡਾਰੀ ਜਿਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਜੀ ਹਾਂ, ਇਹ ਨੌਜਵਾਨ ਖਿਡਾਰੀ ਸੀ, 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ। ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਜੋ ਕਿ ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਿਆ ਅਤੇ ਰੋਟੀ ਖਾਣ ਤੋਂ ਬਾਅਦ ਅਚਾਨਕ ਇਸ ਨੂੰ ਅਟੈਕ ਆ ਗਿਆ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਉਸਦੀ ਮੌਤ ਉਪਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਵਾਨ ਪੁੱਤ ਜਦੋਂ ਘਰ ਤੋਂ ਜਾਂਦਾ ਹੈ ਤਾਂ ਕਈ ਸੁਪਨੇ ਅਤੇ ਘਰ ਦਾ ਜਿਰਾਗ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਜਿਰਾਗ ਬੁੱਝ ਜਾਂਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਹੱਟਾ ਕੱਟਾ ਗੱਭਰੂ ਜਵਾਨ ਜਿਹੜਾ ਵਾਲੀਬਾਲ ਦਾ ਬਹੁਤ ਵਧੀਆ ਪਲੇਅਰ ਸੀ, ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਪਰਿਵਾਰ ਦੇ ਵਿੱਚ ਇਹ ਸਾਡਾ ਪੁੱਤ 20 ਸਾਲ ਜਿਸਦੀ ਮਹਿਜ਼ ਉਮਰ ਦੱਸੀ ਜਾ ਰਹੀ ਹੈ, ਗਰਾਊਂਡ ਦੇ ਵਿੱਚ ਐਕਸਰਸਾਈਜ਼ ਕਰਨ ਤੋਂ ਬਾਅਦ ਘਰ ਪਰਤਦਾ ਹੈ, ਰੋਟੀ ਖਾਣ ਤੋਂ ਬਾਅਦ ਅਚਾਨਕ ਉਸਨੂੰ ਇਹ ਅਟੈਕ ਆਉਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ।